हेलो एवरीवन, ते सारिआं नूं सति श्री अकाल जी। स्वागत है तुहाडा मेरे यूट्यूब चैनल ते। ते फ्रेंड्स, ए जिहड़ा दिन है ए शनिवार दा दिन है ते मैं इत्थे लगवा रही हाँ मेहंदी। ते सब तो पहले ते मैं सारिआं दे कोलों माफ़ी मंगना चाहनी हाँ कि मेरी जिहड़ी वीडियोज़ ने काफ़ी लेट हो चुकिया ने। ਵਿਆਹ ਹੋਏ ਨੂੰ ਕਾਫੀ ਦਿਨ ਹੋ ਗਏ ਨੇ ਲੇਕਿਨ ਮੇਰੀ ਕੋਈ ਵੀ ਵੀਡੀਓ ਹਾਲੇ ਤੱਕ ਤੁਸੀਂ ਨਹੀਂ ਦੇਖ ਪਾਏ। ਉਹਦਾ ਇਹੀ ਰੀਜ਼ਨ ਹੈ ਕਿ ਬਸ ਤੁਹਾਨੂੰ ਪਤਾ ਹੀ ਹੈ ਵਿਆਹ ਤੋਂ ਬਾਅਦ ਕਿੰਨੀ ਜ਼ਿਆਦਾ ਜਿਹੜੀ ਹੈ ਕਿ ਸੈਟਿੰਗ ਹਿੱਲ ਜਾਂਦੀ ਹੈ। ਅਤੇ ਬਸ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਫਿਰ ਇੱਕ ਦੋ ਦਿਨ ਬਾਅਦ ਕਰਵਾ ਚੌਥ ਵੀ ਸੀਗਾ ਅਤੇ ਉਹ ਵੀ ਫਿਰ ਮੈਨੂੰ ਜ਼ਰੂਰੀ ਸੀ, ਦੁਕਾਨ ਦੇ ਵਿੱਚ ਵੀ ਤਿਆਰੀ ਕਰਨੀ ਸੀ। ਅਤੇ ਇੱਥੇ ਮੈਂ ਸ਼ਾਮ ਦੇ ਟਾਈਮ ਮਹਿੰਦੀ ਲਗਵਾ ਰਹੀ ਹਾਂ ਰਾਤ ਦੇ ਟਾਈਮ। ਅਤੇ ਅੱਜ ਬੜੇ ਟਾਈਮ ਬਾਅਦ ਮੈਂ ਬਾਹਰੋਂ ਮਹਿੰਦੀ ਲਗਵਾਉਣ ਆਈ ਹਾਂ ਅਤੇ ਬਸ ਹੁਣ ਨੈਕਸਟ ਮੋਰਨਿੰਗ ਦਾ ਦਿਨ ਆ ਗਿਆ ਹੈ ਅਤੇ ਇੱਥੇ ਮੈਂ ਹੋ ਰਹੀ ਹਾਂ ਤਿਆਰ। ਅਸੀਂ ਜਾਣਾ ਹੈ ਅੱਜ ਮੈਰਿਜ 'ਤੇ ਅਤੇ ਇਹ ਜਿਹੜਾ ਦਿਨ ਨੇ ਹੈ ਐਤਵਾਰ ਦਾ ਦਿਨ ਨੇ ਅਤੇ ਸਵੇਰੇ ਜਲਦੀ ਹੀ ਤਿਆਰ ਹੋਣਾ ਸਟਾਰਟ ਕਰ ਦਿੱਤਾ ਸੀ ਲੇਕਿਨ ਫਿਰ ਵੀ ਮਤਲਬ ਜਿਹੜਾ ਹੈ ਕਿ ਪੂਰਾ ਪੂਰਾ ਟਾਈਮ ਹੀ ਹੁੰਦਾ ਹੈ ਤਿਆਰ ਹੋਣ ਦਾ। ਮੈਨੂੰ ਤਾਂ ਐਵੇਂ ਹੀ ਲੱਗਦਾ ਹੈ ਚਾਹੇ ਜਿੰਨਾ ਮਰਜ਼ੀ ਜਲਦੀ ਤਿਆਰ ਹੋਣਾ ਸਟਾਰਟ ਹੋ ਜਾਓ ਲੇਕਿਨ ਟਾਈਮ ਓਨਾ ਹੀ ਮਤਲਬ ਪੂਰਾ ਪੂਰਾ ਹੀ ਰਹਿ ਜਾਂਦਾ। ਅਤੇ ਇੱਥੇ ਮੈਂ ਆਪਣਾ ਹੇਅਰ ਸਟਾਈਲ ਕਰ ਲਿਆ ਹੈ ਔਰ ਕੱਪੜੇ ਵੀ ਪਾ ਲਏ ਨੇ ਜਿਹੜੇ ਮੈਂ ਕਿ ਪਾਉਣੇ ਨੇ ਵਿਆਹ 'ਤੇ। ਅਤੇ ਅੱਜ ਦੇ ਦਿਨ ਹੈਗਾ ਏ ਸ਼ਗਨ ਅਤੇ ਇੱਥੇ ਹੁਣ ਮੈਂ ਕਰ ਰਹੀ ਹਾਂ ਸਿਮਰ ਦੀ ਗੁੱਤ ਕਰ ਰਹੀ ਹਾਂ, ਮਤਲਬ ਸਿਮਰ ਦਾ ਹੀ ਹੇਅਰ ਸਟਾਈਲ ਕਰ ਰਹੀ ਹਾਂ। ਹਲਕਾ ਫੁਲਕਾ ਜਿਹਾ ਹੀ ਕਰਨਾ ਸੀ ਇਹਨੇ ਕਿਉਂਕਿ ਇਹਨੇ ਜੀਨਸ ਟੋਪ ਪਾਇਆ ਸੀਗਾ। ਅਤੇ ਬਸ ਇੱਥੇ ਜਲਦੀ ਹੀ ਇਹਦਾ ਹੇਅਰ ਸਟਾਈਲ ਵੀ ਮੈਂ ਬਣਾ ਦੇਵਾਂਗੀ ਅਤੇ ਉਸ ਤੋਂ ਬਾਅਦ ਮੈਂ ਫਿਰ ਆਪਣਾ ਮੇਕਅਪ ਕਰਾਂਗੀ। ਅਤੇ ਮੇਕਅਪ ਕਰਨ 'ਤੇ ਮੈਨੂੰ ਵੈਸੇ ਇੰਨਾ ਟਾਈਮ ਨਹੀਂ ਲੱਗਦਾ ਲੇਕਿਨ ਬਸ ਇਹ ਹੀ ਹੈ ਨਾ ਕਿ ਜਲਦੀ ਜਲਦੀ 'ਚ ਕਦੀ ਕੋਈ ਚੀਜ਼ ਰਹਿ ਗਈ, ਕਦੀ ਕੋਈ ਚੀਜ਼ ਰਹਿ ਗਈ। ਮਤਲਬ ਸਾਰੇ ਮੈਂਬਰ ਨੇ ਜਿੰਨੇ ਵੀ ਕਰਦੇ ਸਾਰਿਆਂ ਦਾ ਮੈਂ ਹੀ ਮਤਲਬ ਕਰਕੇ ਰੱਖਣਾ ਹੈ। ਕਿਸੇ ਨੂੰ ਕੱਪੜੇ ਦੇ ਦਿਉ, ਕਿਸੇ ਨੂੰ ਕੁਛ ਦੇ ਦਿਉ, ਕਿਸੇ ਦੇ ਮਤਲਬ ਬਸ ਐਵੇਂ ਲੱਗਿਆ ਰਹਿੰਦਾ। ਅਤੇ ਲਓ ਜੀ, ਇੱਥੇ ਮੈਂ ਹੋ ਚੁੱਕੀ ਹਾਂ ਤਿਆਰ ਅਤੇ ਅਸੀਂ ਜਾ ਰਹੇ ਹਾਂ ਜਿੱਥੇ ਕਿ ਮੈਰਿਜ ਹੈ। ਅਤੇ ਬਸ ਮਤਲਬ ਨਿਕਲਦੇ ਨਿਕਲਦੇ ਕੋਈ ਪਤਾ ਨਹੀਂ, ਸ਼ੂਟ ਕਰਨ ਦਾ ਕੁਛ ਵੀ ਪਤਾ ਨਹੀਂ ਸੀ ਵੀ ਇਹ ਚੀਜ਼ ਸ਼ੂਟ ਕਰ ਲਈਏ ਆਪਾਂ। ਅਤੇ ਇਸ ਲਈ ਫਿਰ ਮੈਂ ਰਸਤੇ ਦੇ ਵਿੱਚ ਹੀ ਬਸ ਥੋੜ੍ਹੀ ਜਿਹੀ ਕਲਿੱਪ ਲਈਏ ਹੈ ਜਾਂਦੇ ਹੋਏ ਦੀ। ਸਾਢੇ 10-11 ਵਜੇ ਤੱਕ ਅਸੀਂ ਪਹੁੰਚ ਗਏ ਸੀਗੇ ਵਿਆਹ ਵਾਲਿਆਂ ਦੇ ਘਰ ਅਤੇ ਅਸੀਂ ਨਾਨਕੇ ਮਤਲਬ ਨਾਨਕੇ ਵੱਲੋਂ ਹਾਂ ਅਤੇ ਸਾਡਾ ਸਵਾਗਤ ਹੋ ਰਿਹਾ ਇੱਥੇ, ਵੈਲਕਮ ਕਰ ਰਹੇ ਨੇ ਨਾਨਕਿਆਂ ਦਾ। ਅਤੇ ਵਿਆਹਾਂ ਦੇ ਵਿੱਚ ਬਸ ਇੱਕ ਇਹ ਹੀ ਚੀਜ਼ ਅੱਛੀ ਲੱਗਦੀ ਹੈ ਕਿ ਜਿਹੜਾ ਕਿ ਵੈਲਕਮ ਕੀਤਾ ਜਾਂਦਾ ਹੈ, ਨਾਨਕੇ ਆਉਣ, ਦਾਦਕੇ ਆਉਣ। ਅਤੇ ਅਸੀਂ ਨਾਨਕੇ ਸੀ ਵੈਸੇ, ਸਾਡੇ ਸਾਰੇ ਮੈਂਬਰ ਤਾਂ ਇਕੱਠੇ ਨਹੀਂ ਪਹੁੰਚ ਪਾਏ, ਕੁਛ ਪਿੱਛੇ ਰਹਿ ਗਏ ਸੀਗੇ, ਮਤਲਬ ਹੌਲੀ ਹੌਲੀ ਸਾਰੇ ਆ ਰਹੇ ਸੀ ਅਤੇ ਅਸੀਂ ਸਭ ਤੋਂ ਪਹਿਲੇ ਪਹੁੰਚ ਚੁੱਕੇ ਹਾਂ ਇੱਥੇ। ਅਤੇ ਇੱਥੇ ਵੈਲਕਮ ਕਰ ਰਹੇ ਨੇ ਸਾਡਾ ਅਤੇ ਬਸ ਜਲਦੀ ਹੀ ਅਸੀਂ ਅੰਦਰ ਜਾਵਾਂਗੇ। ਔਰ ਥੋੜ੍ਹੀ ਦੇਰ ਹੀ ਅਸੀਂ ਅੰਦਰ ਬੈਠੇ ਸੀ, ਉਸ ਤੋਂ ਬਾਅਦ ਅਸੀਂ ਮਤਲਬ ਜਿੱਥੇ ਪ੍ਰੋਗਰਾਮ ਸੀ ਫਿਰ ਅਸੀਂ ਉੱਥੇ ਹੀ ਚਲੇ ਗਏ ਸੀਗੇ। ਅਤੇ ਇੱਥੇ ਅਸੀਂ ਬਾਹਰ ਵੇਟ ਕਰ ਰਹੇ ਹਾਂ ਕੁੜੀ ਵਾਲਿਆਂ ਦਾ ਜਿਨ੍ਹਾਂ ਨੇ ਕਿ ਸ਼ਗਨ ਲੈ ਕੇ ਆਉਣਾ ਹੈ। ਅਤੇ ਜਲਦੀ ਹੀ ਉਹ ਪਹੁੰਚ ਵੀ ਗਏ ਸੀਗੇ ਅਤੇ ਇਹ ਆ ਚੁੱਕੇ ਨੇ, ਉਹਨਾਂ ਦੀ ਐਂਟਰੀ ਹੋ ਚੁੱਕੀ ਹੈ। ਅਤੇ ਕਾਫੀ ਅੱਛਾ ਮਤਲਬ ਲੱਗ ਰਿਹਾ ਸੀ, ਬੜੇ ਟਾਈਮ ਬਾਅਦ ਅਸੀਂ ਗੈਦਰਿੰਗ ਦੇਖੀ ਹੈ ਐਵੇਂ ਦੀ। ਅਤੇ ਕਾਫੀ ਇੰਜੋਏ ਵੀ ਕੀਤਾ ਅਸੀਂ ਵਿਆਹ ਦੇ ਵਿੱਚ, ਬਹੁਤ ਇੰਜੋਏ ਕੀਤਾ ਹੈ। ਔਰ ਤੁਹਾਨੂੰ ਸਾਰੀ ਕਲਿੱਪਸ ਦਿਖਾਵਾਂਗੀ ਮੈਂ। ਅਤੇ ਇਹ ਦੇਖੋ ਸ਼ਗਨ ਦਾ ਜਿਹੜਾ ਕਿ ਉਹ ਮਤਲਬ ਜੋ ਵੀ ਰੀਤੀ ਰਿਵਾਜ਼ ਦੇ ਮੁਤਾਬਿਕ ਲਿਆਉਂਦੇ ਨੇ ਚੀਜ਼ਾਂ, ਉਹੀ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਹਾਂ। ਅਤੇ ਕਾਫੀ ਅੱਛਾ ਅਰੇਂਜਮੈਂਟ ਸੀਗਾ ਅਤੇ ਤੁਸੀਂ ਵੀਡੀਓ ਨੂੰ ਇੰਜੋਏ ਕਰੋ। Thank you.
ਚੰਗੀ ਤਰ੍ਹਾਂ ਬੰਨੀ ਅੱਛਾ ਘੁੱਟ ਕੇ ਮਾਰਦੀ ਨਾ ਮਾਰਦੇ